ਇਹ ਕੀ ਨਾਮ ਹੈਗਾ ਆਪਣਾ ਭਾਜੀ? ਜਸਵਿੰਦਰ ਸਿੰਘ। ਜਸਵਿੰਦਰ ਸਿੰਘ, ਕਿਹੜੀ ਜਗ੍ਹਾ ਤੋਂ ਆ ਰਹੇ ਸੀ ਤੁਸੀਂ? ਦਿਆਲਪੁਰ ਤੋਂ। ਜਾਣਾ ਕਿੱਥੇ ਸੀਗਾ? ਆਨੰਦਪੁਰ ਸਾਹਿਬ। ਇਹ ਕਿੱਦਾਂ ਜਿਹੜਾ ਐਕਸੀਡੈਂਟ ਕਿੱਦਾਂ ਹੋਇਆ? ਅੱਛਾ ਜੀ, ਅਤੇ ਤੁਹਾਡੇ ਮੋਹਰੇ ਵੀ ਕੋਈ ਜਾ ਰਹੀ ਸੀ? ਮੋਹਰੇ ਟਰਾਲੀ ਜਾ ਰਹੀ ਸੀ। ਜਿਹੜੀ ਗੱਡੀ ਆ ਤੁਹਾਡੀ ਉਹ ਟਰਾਲੀ ਦੇ ਵਿੱਚ ਵੱਜੀ? ਹਾਂਜੀ। ਅਤੇ ਕਿੰਨੇ ਜਾਣੇ ਪਰਿਵਾਰ ਦੇ ਵਿੱਚ ਕਿੰਨੇ ਜਾਣੇ ਜਾਂਦੇ? ਅਸੀਂ 4 ਜਣੇ ਸੀ। ਅਤੇ ਨਾਲ ਤੁਹਾਡੇ ਵਾਈਫ ਸੀਗੇ? ਹਾਂਜੀ। ਜਿਹੜੀ ਉਹਨਾਂ ਦੀ ਮੌਕੇ 'ਤੇ ਅਤੇ ਉੱਥੇ ਮੌਕੇ 'ਤੇ ਪੁਲਿਸ ਵਗੈਰਾ ਪਹੁੰਚੀ ਉਹਨਾਂ ਨੇ? ਨਹੀਂ ਜੀ, ਕੋਈ ਨਹੀਂ ਪਹੁੰਚੀ। ਅੱਛਾ ਜੀ, ਅਤੇ ਹੁਣ ਕੀ ਤੁਹਾਡੀ ਮਤਲਬ ਕਾਰਵਾਈ ਦੀ ਕੀ ਮੰਗ ਕਰਦੇ ਤੁਸੀਂ? ਅੱਛਾ ਜੀ, ਅਸੀਂ ਤਾਂ ਦੋਵਾਂ ਖੇਤਾਂ ਤੋਂ ਨੱਠ ਕੇ ਆਏ ਹਾਂ। ਅੱਛਾ, ਅਤੇ ਇਹ ਕਾਹਦਾ ਹੋਇਆ ਐਕਸੀਡੈਂਟ? ਹੋਇਆ ਗੱਡੀ ਦਾ ਤਾਂ ਦੂਜੇ ਦਾ ਟਰਾਲੀ ਦਾ। ਅੱਛਾ, ਗੱਡੀ ਦਾ ਟਰੈਲੀ ਦਾ ਹੋਇਆ ਆ। ਅਤੇ ਇਹ ਕਿਸ ਤਰ੍ਹਾਂ ਮਤਲਬ ਇਹ ਕਿੱਧਰੋਂ ਆਉਂਦੇ ਜਾਂਦੇ ਸੀਗੇ? ਦੋਵੇਂ ਇੱਕ ਪਾਸੇ ਆਉਂਦੇ ਸੀਗੇ। ਅੱਛਾ, ਦੋਨੋਂ ਇੱਕ ਪਾਸੇ ਆਉਂਦੇ ਸੀ।